ਸਾਊਦੀ ਅਰਬ ਚ ਹੋਏ ਪੰਜਾਬੀ ਨੌਜਵਾਨਾਂ ਦੀ ਹੱਤਿਆ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਨਿੰਦਾ ਕੀਤੀ ਹੈ। ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕੈਪਟਨ ਸਰਕਾਰ ਨੂੰ ਲੰਬੇ ਹੱਥੀ ਲਿਆ ਅਤੇ ਕਿਹਾ ਕਿ ਕਾਂਗਰਸ ਸਰਕਾਰ ਦਾ ਸਭ ਤੋਂ ਵੱਡਾ ਫੇਲਿਅਰ ਹੈ। ਇਸ ਤੋਂ ਇਲਾਵਾ ਬੈਂਸ ਨੇ ਅਕਾਲੀਆਂ ਤੇ ਵੀ ਤਿੱਖੇ ਤੰਜ ਕਸੇ। ਪਿਛਲੇ ਦਿਨੀ ਪੰਜਾਬ ਦੇ ਦੋ ਨੌਜਵਾਨਾਂ ਦੀ ਸਾਊਦੀ ਅਰਬ ਦੇ ਵਿੱਚ ਹੱਤਿਆ ਕਰ ਦਿੱਤੀ ਗਈ। ਇਸ ਦੇ ਉੱਤੇ ਵੀ ਪੰਜਾਬ ਦੀ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ ਅਤੇ ਵਿਰੋਧੀਆਂ ਵੱਲੋਂ ਕੈਪਟਨ ਸਰਕਾਰ ਨੂੰ ਲੰਬੇ ਹੱਥੀ ਲਿਆ ਜਾ ਰਿਹਾ। ਉੱਧਰ ਸਿਮਰਜੀਤ ਸਿੰਘ ਬੈਂਸ ਨੇ ਵੀ ਇਸ ਦੀ ਨਿੰਦਾ ਕੀਤੀ ਹੈ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਹ ਕੈਪਟਨ ਸਰਕਾਰ ਦਾ ਬਹੁਤ ਵੱਡਾ ਫੇਲੀਅਰ ਹੈ। ਨਾਲੇ ਉਹਨਾਂ ਕਿਹਾ ਕਿ ਖਡੂਰ ਸਾਹਿਬ ਦੇ ਵਿੱਚ ਵੀ ਨੇੜਲੇ ਪਿੰਡ 'ਚ ਦੋ ਨੌਜਵਾਨ ਨਸ਼ੇ ਦੇ ਕਾਰਨ ਆਪਣੀ ਜ਼ਿੰਦਗੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਗਏ ਨੇ, ਜਿਸ ਦੇ ਕਾਰਨ ਕੈਪਟਨ ਸਰਕਾਰ 'ਤੇ ਬਹੁਤ ਵੱਡੀਆਂ ਸਵਾਲੇ ਨਿਸ਼ਾਨ ਖੜ੍ਹੇ ਹੁੰਦੇ ਨੇ ਅਤੇ ਕੈਪਟਨ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਇਸ ਤੋਂ ਇਲਾਵਾ ਸਿਮਰਜੀਤ ਸਿੰਘ ਬੈਂਸ ਨੇ ਕਾਂਗਰਸ ਦੇ ਵਿੱਚ ਹੋ ਰਹੀ ਬਗਾਵਤ 'ਤੇ ਵੀ ਤਿੱਖਾ ਸ਼ਬਦੀ ਵਾਰ ਕੀਤਾ। ਉਹਨਾਂ ਕਿਹਾ ਕਿ ਪਹਿਲਾਂ ਤਾਂ ਟਿਕਟਾਂ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ ਅਤੇ ਫਿਰ ਕਾਂਗਰਸ ਇਹਨਾਂ ਵਾਅਦਿਆਂ 'ਤੇ ਕਰਕੇ ਦੋ ਫੜ ਹੁੰਦੀ ਦਿਖਾਈ ਦੇ ਰਹੀ ਹੈ। ਬਹੁਤ ਵੱਡਾ ਅਫਸੋਸ ਦੁੱਖ ਹੈਗਾ ਕਿ ਉਹ ਪੰਜਾਬ ਦੇ ਦੋ ਸਾਡੇ ਨੌਜਵਾਨ ਮਜ਼ਦੂਰੀ ਕਰਨ ਲਈ ਆਪਣੇ ਪਰਿਵਾਰਾਂ ਦਾ ਪੇਟ ਪਾਲਣ ਲਈ। ਅੱਜ ਮੋਦੀ ਸਾਹਿਬ ਦੇ ਦੌਰੇ ਕਿੱਥੇ? ਮੋਦੀ ਸਾਹਿਬ ਨੇ 5 ਸਾਲ ਦੇ ਅਰਸੇ ਦੇ ਵਿੱਚ ਮੇਰਾ ਖਿਆਲ ਦੇਸ਼ ਦੇ ਵਿੱਚ ਘੱਟ ਰਹੇ ਆ ਅਤੇ ਵਿਦੇਸ਼ ਦੇ ਦੌਰਿਆਂ 'ਤੇ ਜ਼ਿਆਦਾ ਰਹੇ ਆ। ਅੱਜ ਮੋਦੀ ਸਾਹਿਬ ਦੀ ਸਰਕਾਰ ਨੇ ਇੰਟਰਵੇਨ ਕਰਕੇ ਉਹਨਾਂ ਨੌਜਵਾਨਾਂ ਨੂੰ ਕਿਉਂ ਨਹੀਂ ਬਚਾਇਆ? ਸਿਰਫ ਸਰਕਾਰੀ ਜਿਹੜਾ ਪੈਸਾ ਲੋਕਾਂ ਦੇ ਦਿੱਤੇ ਟੈਕਸਾਂ ਦਾ ਉਹਦਾ ਦੁਰਉਪਯੋਗ ਕਰਕੇ ਸਾਰੇ ਵਰਲਡ ਦਾ ਦੌਰੇ ਕਰੋ, ਬਟ ਤੁਹਾਡੇ ਸੰਬੰਧ ਕੈਸੇ ਹੈਗੇ? ਬੜਾ ਨਿੰਦਣਯੋਗ ਆ ਜਿਹੜੇ ਦੋ ਸਾਡੇ ਪੰਜਾਬੀ ਨੌਜਵਾਨ ਵਿਦੇਸ਼ ਦੇ ਵਿੱਚ ਕਤਲ ਕੀਤੇ ਗਏ ਆ।